अज जिला खन्ना के माछीवाड़ा साहब के विधायक जगतार सिंह दयालपुरा के वलों सप्ताहसील विच एक कर्मचारी नू 15,000 की रिश्वत लेंदे रंगे हत्थी काबू किया गया, जिसकी की वीडियो भी हुण सामने आई है। दसदी कि माछीवाड़ा साहब की सब तहसील दे विच कर्मचारी ने काम कराने के बदले व्यक्ति तो 15,000 रुपए की रिश्वत मंगी सी, जिसकी की शिकायत इस व्यक्ति ने MLA दयालपुरा नू की, जिस तो बाद विधायक जगतार सिंह दयालपुरा खुद सब तहसील दफ्तर दे विच पहुंचे अते उन्होंने रंगे हत्थी रिश्वत लेंदे कर्मचारी नू काबू किया। मौके ते मौजूद व्यक्तियों दे वलों वीडियो भी बनाई गई, पहला तुहानूं ओह वीडियो दिखा देने आ जिस दे विच कि MLA जगतार सिंह दयालपुरा कर्मचारी नू रिश्वत लेंदे रंगे हत्थी काबू कर रहे ने। ਫਿਰ ਥੋੜਾ ਉਹਦਾ ਨਿਆਰਾ ਨਹੀਂ ਹੁੰਦਾ ਹੈਗਾ, ਤੁਸੀਂ ਕੰਮ ਕਰਦੇ ਜਵਾਬ ਦੇ ਦਿਓ ਵੀ ਨਹੀਂ ਹੁੰਦਾ ਜੋ ਉੱਪਰ ਮੰਗਦਾ ਕੋਈ, ਜਾਂ ਤੁਸੀਂ ਮੰਗਦੇ ਹੋ 2 ਸਾਲ ਹੋ ਗਏ ਬੰਦੇ ਨੂੰ ਬੇੜੇ ਘਟਾਉਂਦੇ ਹੋ। ਯਾਰ ਮੇਰੇ ਕੋਲ ਤਾਂ ਪਰਸੋਂ ਸ਼ੁੱਕਰਵਾਰ ਆਇਆ ਨਹੀਂ, ਪੈਸੇ ਨਾਲ ਕੰਮ ਕਿਤੇ ਦੇਖੀ ਗਿਆ ਜਦੋਂ ਟਾਈਮ ਲਾਈ ਉਹਨਾਂ 55 ਕੋਲ ਪੈਸੇ ਸਾਡੇ ਕੋਲ ਪੈਸਾ ਲੈਣੇ ਆ ਫਿਰ ਇਹ ਕਿੱਥੇ ਬਿਜਲੀ ਸਾਡੇ ਕੋਲ ਲਾਈ ਕਰਾਂ 11 ਨੰਬਰ ਨੂੰ ਲੈ ਆ ਨਾ 540। ਦੱਸਦੀ ਕਿ ਭ੍ਰਿਸ਼ਟਾਚਾਰ ਨੂੰ ਲੈ ਕੇ ਮਾਨ ਸਰਕਾਰ ਲਗਾਤਾਰ ਐਕਸ਼ਨ ਦੇ ਵਿੱਚ ਹੈ ਤੇ ਦਿਨੋ ਦਿਨ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਸੁਲਝਾਏ ਜਾ ਰਹੇ ਨੇ। ਬੀਤੇ ਦਿਨ ਵੀ ਮਾਨ ਸਰਕਾਰ ਦੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਕਿ ਕਰੀਬ 28 ਕੇਸ ਦਰਜ ਹੋਏ ਸਨ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ 45 ਗ੍ਰਿਫਤਾਰੀਆਂ ਹੋਈਆਂ ਸੀ। ਤੇ ਅੱਜ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਵੀ ਰੰਗੇ ਹੱਥੀ ਰਿਸ਼ਵਤ ਲੈਂਦੇ ਆ ਸਬ ਤਹਿਸੀਲ ਦਾ ਕਰਮਚਾਰੀ ਕਾਬੂ ਕੀਤਾ ਅਤੇ ਉਸ ਨੂੰ ਲਾਸਟ ਵਾਰਨਿੰਗ ਦਿੱਤੀ ਹੈ। 4 ਸਾਲ ਹੋ ਗਏ ਕਿ ਮੇਰਾ ਤਕਸੀਮ ਦਾ ਕੇਸ ਫੈਮਿਲੀ ਦਾ ਚੱਲਦਾ ਹੈਗਾ, ਜਿਹਦੇ ਥੱਲੇ ਕੋਟਾਂ ਤੋਂ ਅਸੀਂ ਜਿੱਤ ਕੇ ਸਾਡਾ ਕਲੀਅਰ ਹੋ ਗਿਆ, ਜਿਹਦਾ ਅੱਜ ਬਰੰਟ ਪੁਜੈਸ਼ਨ ਅਸੀਂ ਬਣਾਉਣਾ ਸੀਗਾ, ਜਿਹਨੂੰ ਮੈਨੂੰ ਘੁੰਮਦੇ ਨੂੰ ਘੱਟੋ ਘੱਟ 4 ਮਹੀਨੇ ਹੋ ਗਏ, ਕੋਈ ਨਹੀਂ ਸੁਣਦਾ, ਪੈਸੇ ਲੈਂਦੇ ਆ ਲਾਰੇ ਲਾਈ ਜਾਂਦੇ ਆ, ਤੇ ਸਾਨੂੰ ਸ਼ਰਮ ਇਹ ਗੱਲ ਦੀ ਆਉਂਦੀ ਹੈ ਵੀ ਅਸੀਂ ਪੜ੍ਹੇ ਲਿਖੇ ਹੋ ਕੇ ਆਏ ਅਨਪੜ੍ਹ ਜੇ ਜਿਹੜੇ ਪਟਵਾਰੀ ਨੇ ਬੰਦੇ ਰੱਖੇ ਉਹਨਾਂ ਦੇ ਮਗਰ ਘੁੰਮਦੇ ਆ, ਉਹ ਸਾਨੂੰ ਇੱਦਾਂ ਦੀਆਂ ਝੇਡਾਂ ਕਰਦੇ ਆ ਜਿੱਦਾਂ ਦਾ ਸਾਨੂੰ ਕੋਈ ਸਮਝਦੇ ਨਹੀਂ ਹੈਗੇ। ਪੈਸੇ ਲੈ ਕੇ 40,000 ਦੀ ਡਿਮਾਂਡ ਕੀਤੀ ਸੀ, ਜਿਹ 'ਚ 10,000 ਰੁਪਏ 3 ਦਿਨ ਪਹਿਲਾਂ ਦਿੱਤਾ ਸੀ, 15,000 ਦੇ ਸੈਟਿੰਗ ਸੀ ਜਿਹਦੀ ਮੈਂ ਫੋਟੋ ਕਾਪੀ ਕੀਤੀ ਸੀ, ਮੈਂ LS ਨਾਲ ਗੱਲ ਕੀਤੀ MLA ਸਾਹਿਬ ਨਾਲ, ਇਸ ਸਰਕਾਰ ਤੋਂ ਸਾਨੂੰ ਇਸ ਉਮੀਦ ਹੈਗੀ ਆ ਵੀ ਪਹਿਲੀ ਸਰਕਾਰ ਨੇ ਜੋ ਕੀਤਾ ਇਹ ਸਰਕਾਰ ਕੁਝ ਸਹੀ ਕੰਮ ਕਰ ਰਹੀ ਆ, ਕਰਪਸ਼ਨ ਨੱਥ ਪਾ ਰਹੀ ਆ, ਠੀਕ ਹੈ, ਇਸ ਕਰਕੇ ਉਮੀਦ ਕਰ MLA ਸਾਹਿਬ ਨੂੰ ਕਨੈਕਟ ਕੀਤਾ ਸੀਗਾ, ਅੱਜ ਮੌਕੇ 'ਤੇ ਮੈਨੂੰ ਫੜਾਇਆ, ਇਹਦਾ 15,000 ਦਿੱਤਾ ਸੀਗਾ। ਦੈਨਿਕ ਸਵੇਰਾ ਦੇ ਲਈ ਲੁਧਿਆਣਾ ਤੋਂ ਹਿੰਮਤ ਸਿੰਘ ਦੀ ਰਿਪੋਰਟ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ, ਦੇਸ਼ ਵਿਦੇਸ਼ 'ਚ ਬੈਠੇ ਸਾਨੂੰ ਵਟਸਐਪ 'ਤੇ ਵੀ ਕਾਲ ਕਰ ਸਕਦੇ ਨੇ, ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਸਮਾਧਾਨ, ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ, ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ ਔਲਾਦ ਕਿਹੜੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਨਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ ਪਿਆਰ ਮੁਹੱਬਤ, ਬਾਬਾ ਯਾਮੀਨ ਬੰਗਾਲੀ, 96435032321।